ਤेंदुए ਵਰਗੇ ਖੂਖਾਰ ਜਾਨਵਰ ਹੁਣ ਪਿੰਡਾਂ ਦੇ ਵਿੱਚ ਘੁੰਮਦੇ ਆਮ ਦੇਖੇ ਜਾ ਰਹੇ ਨੇ ਜਿਸ ਕਰਕੇ ਲੋਕ ਵੀ ਸਹਮੇ ਹੋਏ ਨੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਰੋਪੜ ਤੋਂ ਜਿੱਥੇ ਰੋਪੜ ਦੇ ਹੀ ਨੇੜਲੇ ਪਿੰਡਾਂ ਦੇ ਵਿੱਚ ਤेंदुए ਆ ਦੇਖਿਆ ਗਿਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਤੇ ਲੋਕ ਡਰਦੇ ਘਰੋਂ ਬਾਹਰ ਨਹੀਂ ਨਿਕਲ ਰਹੇ ਨੂਰਪੁਰ ਬੇਦੀ ਰੋਡ ਤੇ ਸਥਿਤ ਪਿੰਡ ਟਿੱਬਾ ਟੱਪਰੀਆਂ ਦੇ ਲੋਕਾਂ ਦੇ ਮੁਤਾਬਿਕ ਉਹਨਾਂ ਦੇ ਵੱਲੋਂ ਦੋ ਤੋਂ ਤਿੰਨ ਤेंदुए ਇੱਥੇ ਘੁੰਮਦੇ ਹੋਏ ਦੇਖੇ ਗਏ ਨੇ ਨਾਲ ਹੀ ਉਹਨਾਂ ਦੇ ਪਾਲਤੂ ਜਾਨਵਰਾਂ ਦਾ ਸ਼ਿਕਾਰ ਵੀ ਕਰ ਰਹੇ ਨੇ ਜਿਸ ਕਰਕੇ ਲੋਕ ਡਰੇ ਹੋਏ ਨੇ ਤੇ ਇਸ ਕਦਰ ਡਰੇ ਨੇ ਕਿ ਆਪਣੇ ਬੱਚਿਆਂ ਨੂੰ ਸਕੂਲ ਤੱਕ ਨਹੀਂ ਭੇਜ ਰਹੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਤेंदुए ਕਿਸੇ ਵੀ ਵੇਲੇ ਕਿਸੇ ਤੇ ਵੀ ਹਮਲਾ ਕਰ ਸਕਦੇ ਨੇ ਜੰਗਲਾਤ ਵਿਭਾਗ ਦੇ ਵੱਲੋਂ ਇੱਥੇ ਪਿੰਜਰਾ ਜ਼ਰੂਰ ਲਗਾਇਆ ਗਿਆ ਹੈ ਪਰ ਹਾਲੇ ਤੱਕ ਇਹ ਤेंदुए ਜਿਹੜੇ ਨੇ ਪਕੜ ਦੇ ਵਿੱਚ ਨਹੀਂ ਆਏ ਨੇ ਆਜ਼ਾਦ ਘੁਮਰੇ ਨੇ ਪਿੰਡਾਂ ਦੇ ਵਿੱਚ ਹੀ ਘੁਮਰੇ ਨੇ ਪਾਲਤੂ ਜਾਨਵਰਾਂ ਦਾ ਸ਼ਿਕਾਰ ਕਰ ਰਹੇ ਨੇ ਜਿਸ ਕਰਕੇ ਲੋਕ ਸਹਿਮੇ ਹੋਏ ਨੇ ਡਰੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹਨਾਂ ਖੂੰਖਾਰ ਜਾਨਵਰਾਂ ਨੂੰ ਕਾਬੂ ਕੀਤਾ ਜਾਏ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ 파ਰੇ ਸਕੂਲ ਤੱਕ ਨਹੀਂ ਭੇਜ 파ਰੇ ਇੱਥੋਂ ਤੱਕ ਕਿ ਕਿਸਾਨਾਂ ਦੇ ਪਾਲਤੂ ਪਸ਼ੂਆਂ ਨੂੰ ਵੀ ਇਹ ਸ਼ਿਕਾਰ ਬਣਾ ਰਹੇ ਨੇ ਜਿੰਨਾ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਲੋਕਾਂ ਦੀ ਜਾਨ ਵੀ ਇੱਥੇ ਖਤਰੇ ਵਿੱਚ ਹੈ ਕਿਉਂਕਿ ਲੋਕ ਹੁਣ ਡਰਦੇ ਹੋਏ ਘਰੋਂ ਬਾਹਰ ਨਹੀਂ ਨਿਕਲਦੇ ਕਿਤੇ ਵੀ ਕੋਈ ਵੀ ਤेंदुआ ਹੋ ਸਕਦਾ ਹੈ ਤੇ ਉਹਨਾਂ ਨੂੰ ਸ਼ਿਕਾਰ ਬਣਾ ਸਕਦਾ ਹੈ ਉਹਨਾਂ ਤੇ ਹਮਲਾ ਕਰ ਸਕਦਾ ਹੈ ਸੋ ਇੱਥੇ ਲੋਕਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਜੰਗਲਾਤ ਵਿਭਾਗ ਨੂੰ ਕਿ ਜਲਦ ਤੋਂ ਜਲਦ ਇਹਨਾਂ ਖੂੰਖਾਰ ਜਾਨਵਰਾਂ ਨੂੰ ਕਾਬੂ ਕੀਤਾ ਜਾਏ ਪਿੰਡ ਰਹੀ ਹੋਈ ਹੈ ਬਹੁਤ ਕਾਫੀ ਮਤਲਬ ਲੋਕਾਂ ਦੇ ਪਸ਼ੂ ਜਾਨਵਰ ਚੱਕਲੇ ਤੇ ਕੱਲ ਸਵੇਰ ਦੀ ਗੱਲ ਆ ਮੈਂ ਘਰ ਜਾ ਰਿਹਾ ਸੀਗਾ ਸਵੇਗ 5:00 ਵਜੇ ਮਨੂੰ ਇੱਥੇ ਪਿੰਡ ਨਿਕਲੀ ਅਗੇ ਗਰਾਊਂਡ ਹੈਗਾ ਗਰਾਊਂਡ ਦੇ ਵਿੱਚ ਇੱਕ ਪਹਿਲੇ ਮਿਲਿਆ ਇੱਕ ਦੋ ਕਿਲੇ ਟੱਪ ਕੇ ਦੋ ਤਿੰਨ ਦੂਵੇ ਸੀ ਕਿੰਨੀ ਕਿਤੇ ਅਸ਼ਤ ਦਾ ਮੋਲ ਹੈ ਦੇਖਦਾ ਪੂਰਾ ਸਾਰਾ ਪਰਿਵਾਰ ਮਤਲਬ ਪਿੰਡ ਸਾਰਾ ਡਰਿਆ ਹੋਇਆ ਪਿੰਡ ਦੇ ਵਿੱਚ ਮਤਲਬ ਹੁਣ ਤਾਂ ਬੱਚੇ ਵੀ ਨਹੀਂ ਬਾਹਰ ਨਿਕਲਦੇ ਪਹਿਲੇ ਜੰਗਲ ਚ ਹੁੰਦੇ ਸੀਗੇ ਹੁਣ ਤਾਂ ਬਿਲਕੁਲ ਪਿੰਡ ਦੇ ਝੜ ਦੇ ਵਿੱਚ ਮਤਲਬ ਘੁੰਮੀ ਜਾਂਦੇ ਜਿਹੜੇ ਮੈਂ ਵੀ ਦੇਖੇ ਬਿਲਕੁਲ ਪਿੰਡ ਦੇ ਕੋਲ ਸੀਗੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਖੁੱਸ ਨਹੀਂ ਪਿੰਜਰੇ ਰੱਖੇ ਜੀ ਉਹਨਾਂ ਖਾਲੀ ਕੋਈ ਨਾਂ ਦੇ ਵਿੱਚ ਪਾਉਂਦੇ ਆ ਕੋਈ ਸੁਦੇ ਨਾਂ ਕੋਈ ਸੁਦਨ ਨਾਂ ਦੇ ਨਾਂ ਪਿੰਜਰੇ ਪਏ ਆ ਖਾਲੀ ਪਏ ਨੇ ਬਿਲਕੁਲ ਕੀ ਨਾਮ ਹੈ ਤੁਹਾਡੇ ਤਰਲੋਚਨ ਸਿੰਘ ਹੈ ਕਿਹੜਾ ਪਿੰਡ ਹੈ ਯਾਰ ਪਿੰਡ ਮੇਰਾ ਝਿਰਕੋਰਾ ਭਵਾਤ ਬਾਕੀ ਇੱਥੇ ਆਪਣੀ ਜੀਵਨ ਲਿਤੀ ਹੋਈ ਹੈ ਫੇਰ ਲਾਲ ਜੀ ਕੋਈ ਨਹੀਂ ਹੋਇਆ ਜਾਨਵਰਾਂ ਦਾ ਬਹੁਤ ਹੈ ਕਿਸੇ ਦਾ ਕੱਟੂ ਚੱਕ ਲਿਆ ਕਿਸੇ ਦਾ ਬੱਤੂ ਚੱਕ ਲਿਆ ਜਾਂ ਮੇਰੀਆਂ ਬੱਕਰੀਆਂ ਦਵਾਨ ਦਾ ਮੁੰਡਾ ਟੱਪਰੀਆਂ ਉਹਦੀਆਂ 30 35 ਬੱਕਰੀਆਂ ਚੱਕ ਲੀਆਂ ਬੱਕਰੀਆਂ ਬਹੁਤ ਚੱਕਦਾ ਜੀ ਕਿੰਨਾ ਕੁ دہشت ਹੈ ਇੱਥੇ دہشت ਬਹੁਤ ਜ਼ਿਆਦਾ ਜੀ ਬਸ ਕਰਾਈ ਪਈ ਸਾਢੇ ਤੇ ਦਿਨ ਰਾਤ ਇਹੀ ਪਹਿਰਾ ਦਿਨ ਨੂੰ ਵੀ ਚਰੀਆਂ ਵਿੱਚ ਆ ਹੁਣ ਚਰੀਆਂ ਇਹਨਾਂ ਵਿੱਚ ਵੀ ਆ ਕੇ ਵੜ ਜਾਣਾ ਹੂ ਮਿੰਟ ਦੋ ਲਾਂਦਾ ਬੱਕਰੀ ਚੱਕੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਹੈ ਜੀ ਸਾਡੀ ਜਿਹੜੀ ਕੇਅਰ ਕਰੋ ਇਹ ਜਿਹੜਾ ਖੋਖਾ ਜਿਹਾ ਰੱਖਿਆ ਵਾ ਇਹਦੇ ਵਿੱਚ ਕੁਝ ਪਾਓ ਤਾਂ ਆਪਾਂ ਇਹਨੂੰ ਫੜ ਚੱਕੀਏ। ਹੁਣ ਐਦਾਂ ਤਾਂ ਫੜ ਨਹੀਂ ਹੁਣ। ਹੁਣ ਸਾਡੇ ਬੱਕਰੀਆਂ ਵਾਲੇ ਪਰਛੜਦੇ ਵੀ ਇਹ ਕੁੱਤਾ ਪਾਣ ਅਸੀਂ ਤਾਂ 9 ਵਜੇ ਜਾਂਦੇ ਘਰੇ ਥੱਕੇ ਹਾਰ ਬੰਦ ਕਿੱਥੇ ਮਰੀਏ। ਕੀ ਨਾਮ ਹੈ ਤੁਹਾਡਾ? ਰੂਪ ਲਾਲ ਜੀ। ਕਿਹੜੇ ਪਿੰਡ ਤੋਂ? ਟਿਬਾ ਟੱਪਰੀਆਂ ਤੋਂ।